ਤਦ ਸਭ ਹੁਣ ਨਜਾਇਜ਼ ਖਦਾਈ ਜਿਹਨੂੰ ਮਾਈਨਿੰਗ ਕਹਿੰਦੇ ਆ ਉਹਦੇ ਮਾਮਲੇ ਦੇ ਉੱਤੇ ਗੱਲ ਕਰੀਏ ਬੜੀ ਵਿਸ਼ੇਸ਼ ਜਿਹੜੀ ਆ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਸੀ ਪਰ ਹੁਣ ਸਰਕਾਰ ਨੇ ਕਹਿੰਦੇ ਫੈਸਲਾ ਲੈ ਲਿਆ ਕਿ ਐਸਐਸਪੀ ਤੇ ਐਸਐਚਓ ਸਾਰੇ ਮਾਮਲੇ ਦੇ ਜਵਾਬਦੇਹ ਹੋਣਗੇ ਉਥੇ ਹੀ ਨਜਾਇਜ਼ ਖਦਾਈ ਮਾਮਲੇ ਦੇ ਵਿੱਚ ਇੱਕ ਐਸਡੀਐਮ ਇੱਕ ਡੀਐਸਪੀ ਤੇ ਇੱਕ ਐਸਐਚਓ ਨੂੰ ਉਹਨਾਂ ਦੀਆਂ ਡਿਊਟੀਆਂ ਤੋਂ ਫਰਕ ਕਰ ਦਿੱਤਾ ਹੈ ਧਰਨੀਲ ਜੀ ਸਭ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਜੀ ਪਹਿਲਾਂ ਵੀ ਲਗਾਤਾਰ ਆਪਾਂ ਨਜ਼ਾਇਜ਼ ਮਾਈਨਿੰਗ ਗੁੰਡਾ ਟੈਕਸ ਦੇ ਸਿੱਥੇ ਗੱਲਾਂਬਾਤਾਂ ਕਰਦੇ ਆਏ ਆ ਉਹਦੇ ਸਬੰਧ ਵਿੱਚ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਕੱਲ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ 14 ਜ਼ਿਲ੍ਹਿਆਂ ਦੇ ਐਸਐਸਪੀਸ ਤੇ ਡੀਸੀਸ ਦੀ ਇੱਕ ਮੀਟਿੰਗ ਬੁਲਾਈ ਸੀ ਜੀ ਮੈਨਗਤਕਾਰੀ ਵੀ ਦੇ ਵਿੱਚ ਸੀ ਔਰ ਉਹਦੇ ਵਿੱਚ ਉਹਨਾਂ ਨੇ ਦੋ ਢਾਈ ਘੰਟੇ ਲਾ ਕੇ ਹਰ ਪੱਖ ਨੂੰ ਜਾਣੇ ਜੀ ਅਪਸਰਾ ਨੇ ਜਿਹੜੀ ਗੱਲ ਪੇਸ਼ ਕੀਤੀ ਹੈ ਖਾਸ ਕਰ ਪੁਲਸ ਅਫਸਰਾਨੀ ਹੂੰ ਹੂੰ ਕਹਿੰਦੇ ਜੀ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਜੀ ਕਿਉਂਕਿ ਜਿੱਥੇ ਖੁਦਾਈ ਹੁੰਦੀ ਹੈ ਹੂੰ ਹੂੰ ਖੁਦਾਈ ਕਰਨ ਵਾਲੇ ਠੇਕੇਦਾਰ ਹੈ ਜਿਹੜੇ ਹੂੰ ਉਹਨਾਂ ਦੇ ਕੋਲੇ ਠੇਕੇ ਜਾਇਜ ਹੈ ਜੀ ਪਰ ਜਿਹੜੀ ਖੁਦਾਈ ਹੁੰਦੀ ਹੈ ਨਜਾਇਜ਼ ਹੁੰਦੀ ਹੈ ਕਿੰਨੀ ਹੁੰਦੀ ਹੈ ਇਹ ਤਾਂ ਸਾਡੇ ਬਸਤਾ ਰੋਗ ਨਹੀਂ ਇਹਦਾ ਪਤਾ ਤਾਂ ਮੈਨਿੰਗ ਵਿਭਾਗ ਨੇ ਲਾਉਣੇ ਹੂੰ ਹੂੰ ਉਲਟਾ ਪੁਲਸ ਨੇ ਇੱਕ ਟਿੱਡੇ ਢੰਗ ਨਾਲ ਇਹ ਗੱਲ ਕਹੀ ਹੈ ਕਿ ਮਾਈਨਿੰਗ ਵਿਭਾਗ ਵਾਲਿਆਂ ਦੀ ਕਿਸੇ ਹੱਦ ਤੱਕ ਮਿਲੀ ਭੁਗਤ ਹੈ ਸ਼ਮੂਲੀਅਤ ਹੈ ਹਾਂ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਸ਼ਮੂਲੀਅਤ ਨਹੀਂ ਹੋਣੀ ਪਰ ਇਸ ਗੱਲ ਨਾਲ ਵੀ ਅਸੀਂ ਸਹਿਮਤ ਨਹੀਂ ਕਿ ਪੁਲਿਸ ਨੂੰ ਕੁਝ ਪਤਾ ਹੈ ਪਤਾ ਨਹੀਂ ਹੈਗਾ ਐਵੇਂ ਜਿੱਥੇ ਚੋਰੀ ਹੁੰਦੀ ਹੈ ਉਸ ਚੋਰੀ ਦਾ ਪੁਲਿਸ ਨੂੰ ਬਿਲਕੁਲ ਪਤਾ ਹੁੰਦਾ ਕਿ ਆ ਜਾਇਜ਼ ਹੋ ਰਹੀ ਹੈ ਅਨ ਜਾਇਜ਼ ਹੋ ਰਹੀ ਹੈ ਸਾਰਾ ਕੁਝ ਸੁਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਾਂ ਲਈ ਜੀ ਇਨਕੁਆਰੀ ਬਿਜਿਲੀنس ਦੀ ਹਾਂ ਹਾਂ ਉਹ ਲਾਇਆ ਕਿ ਡੇਰਾ ਬੱਸੀ ਦੇ ਆਲੇ ਦੁਆਲੇ ਜੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਉਹ ਨਜਾਇਜ਼ ਖੋਦਾਈ ਹੁੰਦੀ ਰਹੀ ਹੈ ਹਮ ਹਮ ਇਲੈਗਲ ਮਾਈਨਿੰਗ ਹੁੰਦੀ ਰਹੀ ਹੈ ਉਹਦਾ ਤੁਸੀਂ ਦੇਖਿਆ ਹੋਣਾ ਵੀ ਡੇਰਾ ਬੱਸੀ ਦੇ ਲਾਗੇ ਹੀ ਡੇਰਾ ਬੱਸੀ ਰਾਜਪੁਰੇ ਦੇ ਕੋਲੇ ਇੱਥੇ ਕਿਤੇ ਜੀ ਇੱਕ ਲੇਡੀ ਅਫੀਸਰ ਸੀ ਮਾਈਨਿੰਗ ਵਿਭਾਗ ਦੀ ਹਮ ਉਹਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਉਹ ਮੌਕੇ ਤੇ ਪਹੁੰਚੀ ਸੀ ਜੀ ਤੇ ਉਹਦੇ ਤੋਂ ਬੇਕਾਬੂ ਹੋ ਰਹੇ ਸੀ ਜਦੋਂ ਟਿਪਰਾਂ ਵਾਲੇ ਹਮ ਜਾਂ ਯਾਰ ਨਜ਼ਾਇਜ਼ ਰੇਤਾ ਲੈ ਕੇ ਆ ਰਹੇ ਸੀ ਤਾਂ ਉਹਨੇ ਫੌਰਨ ਐਸਐਚਓ ਨੂੰ ਫੋਨ ਕੀਤਾ ਜੀ ਕਿ ਤੂੰ ਮੌਕੇ ਤੇ ਪਹੁੰਚ ਪਹਿਲਾਂ ਐਸਐਚਓ ਨੇ ਕੰਨ ਆਨਕਾਨੀ ਕੀਤੀ ਹਮ ਹਮ ਫਿਰ ਐਸਐਚਓ ਆਪ ਨਹੀਂ ਆਇਆ ਕੋਈ ਜੂਨੀਅਰ ਅਧਿਕਾਰੀ ਭੇਜਤਾ ਜੂਨੀਅਰ ਅਧਿਕਾਰੀ ਵੀ ਆ ਕੇ ਤਮਾਸ਼ਵੀਨ ਬਣ ਕੇ ਖੜਾ ਰਿਹਾ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਔਰ ਉਹ ਮਾਮਲਾ ਫਿਰ ਉਦੋਂ ਕਾਫੀ ਉੱਪਰ ਤੱਕ ਗਿਆ ਸੀ ਡੀਸੀ ਕੋਲੇ ਵੀ ਗੱਲ ਪਹੁੰਚੀ ਸੀ ਮੈਜਿਸਟ੍ਰੇਟਰੀ ਇਨਕੁਆਰੀ ਲੱਗ ਗਈ ਜੋ ਮਤਲਬ ਵੀ ਉਹ ਕਿ ਕਹਿਣਾ ਕੀਤਾ ਕਰਾਇਆ ਕੱਖ ਨਹੀਂ ਇਨਕੁਆਰੀਆਂ ਨੂੰ ਕੁਰੀਆਂ ਜੀ ਮਾਮਲਾ ਸੁਣਾਇਆ ਜਾਣ ਦਰਿਆ ਸੁਣਦੇ ਉਹ ਦੱਸੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜੀ ਵੀ ਜਦੋਂ ਕਿਸੇ ਮਾਮਲੇ ਨੂੰ ਠੰਡੇ ਵਾਸਤੇ ਚ ਪਾਉਣਾ ਹੁੰਦਾ ਨਾ ਸਰਕਾਰ ਨੇ ਹੂੰ ਹੂੰ ਉਦੋਂ ਕਹਿੰਦੇ ਨੇ ਵੀ ਇਹਦਾ ਕਮਿਸ਼ਨ ਬਣਾ ਦਿਓ ਕਮਿਸ਼ਨ ਬਣਾਓ ਉਹ ਕਮਿਸ਼ਨ ਵਾਲੇ ਚੱਕਰ ਤੁਰਿਆ ਫਿਰਦਾ ਹੁੰਦਾ ਸੋ ਹੁਣ ਜਦੋਂ ਇਹ ਮਾਮਲਾ ਕਿਉਂਕਿ ਉਹਦੇ ਵਿੱਚ ਨਾਂ ਬੋਲਦਾ ਸੀ ਵੀ ਪੁਲਿਸ ਵਾਲੇ ਕਾਰਵਾਈ ਕਿਉਂ ਨਹੀਂ ਕਰਦੇ ਹੂੰ ਹੂੰ ਤੇ ਉਹਦੇ ਵਿੱਚ ਨਾਂ ਬੋਲਦਾ ਸੀ ਕਿ ਕਾਂਗਰਸ ਦਾ ਕੋਈ ਵੱਡਾ ਲੀਡਰ ਹੈ ਜੀ ਜਿਹਦੀ ਸਰਪ੍ਰਸਤੀ ਹੈ ਮੈਨਿਕ ਮਾਫੀਆ ਨੂੰ ਹੂੰ ਹੂੰ ਉਹਦੀ ਬਦੌਲਤ ਜਿਵੇਂ ਐਸਐਚਯੂ ਵਗੈਰਾ ਐਸਐਚਯੂ ਡੀਐਸਪੀ ਜੀ ਇਹ ਆਪਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਭਾਵੇਂ ਹਾਰਿਆ ਹੋਵੇ ਤੇ ਭਾਵੇਂ ਜਿੱਤਿਆ ਹੋਵੇ ਹੂੰ ਜਿਹਦੇ ਰੂਲਿੰਗ ਪਾਰਟੀ ਵੱਲੋਂ ਇਲੈਕਸ਼ਨ ਲੜੀ ਹੁੰਦੀ ਹੈ ਲਗਭਗ ਉਹ ਆਪ ਦਾ ਅਸਰ ਸੂਖ ਬਰਤ ਕੇ ਉੱਥੇ ਆਪਣੇ ਬੰਦੇ ਜਿ ਫਿੱਟ ਕਰਵਾ ਲੈਂਦੇ ਜੀ ਔਰ ਬੰਦੇ ਭਾਵੇਂ ਦੂਜੇ ਦੇ ਹੋਣ ਪਰ ਉਹਨਾਂ ਨੂੰ ਵਿਨੋਵਰ ਕਰ ਲੈਂਦੇ ਵਿਨੋਵਰ ਕਰ ਲੈਂਦੇ ਵਿਨੋਵਰ ਕਰ ਲੈਂਦੇ ਤੇ ਫਿਰ ਉਹਨਾਂ ਦਾ ਕੋਈ ਥੋੜਾ ਬੋਤਾ ਜਾਇਜ਼ ਨਜਾਇਜ਼ ਹੁਕਮ ਵੀ ਮੰਨੀ ਜਾਂਦੇ ਹੂੰ ਉਹਦੀ ਬਦੌਲਤ ਸਾਰਾ ਕੁਝ ਸੋ ਚੀਫ ਮਿਨਿਸਟਰ ਨੇ ਕੱਲ ਤਾਂ ਇੱਕ ਤਾਂ ਵਧੀਆ ਗੱਲ ਇਹ ਕੀਤੀ ਹੂੰ ਕਿ ਇਸ ਮਾਮਲੇ ਦੀ ਇਨਕੁਆ ਵਿਦਿਲੇ ਸਤਿਵਾਲੇ ਜੀ ਤੇ ਇਹ ਨਾਲ ਕਰਦਾ ਕਿ ਜਿਹੜੇ ਸਬੰਧਤ ਅਫਸਰ ਹੈ ਹੂੰ ਹੂੰ ਸਬੰਧਤ ਅਫਸਰ ਓਨੀ ਦੇਰ ਤੱਕ ਉਹਨਾਂ ਨੂੰ ਲਾਂਬੇ ਕਰਦੇ ਉਹਨਾਂ ਨੂੰ ਕਿਸੇ ਅਜੇਹੀ ਪੋਸਟ ਤੇ ਨਾਲ ਲਾਓ ਜੀ ਜਿੱਥੋਂ ਉਹ ਕੁਝ ਕਰ ਲੈਣ ਐਸਡੀਐਮਸੀ ਉੱਥੇ ਦਾ ਜੀ ਹੂੰ ਹੂੰ ਉਹਨੂੰ ਟ੍ਰਾਂਸਫਰ ਕਰਤਾ ਟ੍ਰਾਂਸਫਰ ਕਰਕੇ ਉਹਨੂੰ ਲਾਇਆ ਨਹੀਂ ਕਿਤੇ ਜੀ ਉਹਨੂੰ ਇਹ ਹੁਕਮ ਦੇਤਾ ਕਿ ਤੂੰ ਜਾ ਕੇ ਚੀਫ ਸਕੱਟਰੀ ਨੂੰ ਰਿਪੋਰਟ ਕਰ ਹੂੰ ਹੂੰ ਚੀਫ ਸਕੱਟਰੀ ਨੇ ਦੇਖਣਾ ਵੀ ਇੱਥੋਂ ਤੈਨੂੰ ਕਿੱਥੇ ਬਿਠਾਉਣਾ ਹੈ ਤੇ ਤੁਹ ਕੀ ਕੰਮ ਲੈਣਾ ਹੈ ਸਬੰਧਤ ਡੀਐਸਪੀ ਤੇ ਡੇਰਾਬਸੀ ਦਾ ਐਸਐਚਓ ਜਿਹੜਾ ਸੀ ਉਹਨਾਂ ਦੋਨਾਂ ਨੂੰ ਕਹਤਾ ਕਿ ਤੁਸੀਂ ਹੁਣ ਪੁਲਿਸ ਲੈਨ ਚ ਜਾਓ ਜੀ ਉੱਥੇ ਜਾ ਕੇ ਆਰਾਮ ਫਰਮਾਓ ਇਹ ਦੋ ਗੱਲਾਂ ਇਹ ਕੀਤੀਆਂ ਤੀਜੀ ਗੱਲ ਜਿਹੜੀ ਵੱਡੀ ਕੀਤੀ ਹੈ ਜਿਹੜੀ ਮਤਲਬ ਸਰਕਾਰ ਬਣੀ ਨੂੰ 1 ਸਾਲ ਹੋ ਗਿਆ ਜੀ 1 ਸਾਲ ਤੋਂ ਇਹਦੇ ਤੇ ਚਰਚਾ ਹੁੰਦੀ ਆ ਰਹੀ ਹੈ ਲੇਕਿਨ ਉਹ ਫਿਰ ਉਹ ਟੈਲੀਫੋਨਾਂ ਤੇ ਗੱਲ ਹੋ ਗਈ ਜੀ ਕਦੇ ਪ੍ਰੈਸ ਸਟੇਟਮੈਂਟ ਆ ਗਈ ਕਦੇ ਕੈਬਨਿਟ ਦੇ ਵਿੱਚ ਕਹਤਾ ਹੂੰ ਹੂੰ ਜਿਹੜਾ ਹੁਕਮ ਹੁਕਮ ਦਿਖਦਾ ਹੋਵੇ ਜੀ ਜੀ ਕਿ ਜਿਹੜੀ ਹੁਕਮ ਹੋ ਗਿਆ ਤੇ ਹੁਕਮ ਤੇ ਅਮਲ ਹੋ ਰਿਹਾ ਹੈ ਕੱਲ ਉਹ ਹੁਕਮ ਹੋਇਆ ਕੱਲ ਹੁਕਮ ਇਹ ਹੋਇਆ ਕਿ ਜਿਸ ਇਲਾਕੇ ਦੇ ਵਿੱਚ ਜੀ ਮਾਈਨਿੰਗ ਦਾ ਕੋਈ ਮਾਮਲਾ ਗੈਰ ਕਾਨੂੰਨੀ ਮਾਈਨਿੰਗ ਦਾ ਕੋਈ ਮਾਮਲਾ ਸਾਹਮਣੇ ਆ ਗਿਆ ਹੂੰ ਉਸ ਹਲਕੇ ਦਾ ਐਸ ਐਚ ਓ ਤੇ ਉਸ ਜ਼ਿਲ੍ਹੇ ਦਾ ਐਸ ਐਸ ਪੀ ਦੇ ਲਈ ਜਵਾਬਦੇਹ ਹੋਣਗੇ ਹੂੰ ਹੂੰ ਜਵਾਬ ਕਿ ਜਿੰਮੇਵਾਰੀ ਫਿਕਸ ਕਰਤੀ ਉਹਨਾਂ ਤੇ ਕਿ ਇਹ ਮਾਈਨਿੰਗ ਹੋਈ ਕਿਉਂ ਤੇ ਹੁਣ ਤੁਸੀਂ ਇਹਨੂੰ ਰੋਕ ਲੈ ਔਰ ਇਹਦਾ ਕਹਿੰਦੇ ਜੀ ਥੋੜਾ ਜਿਹਾ ਹੁਣ ਰਿਜ਼ਲਟ ਵੀ ਕਹਿੰਦੇ ਨਿਕਲਣਾ ਸ਼ੁਰੂ ਹੋ ਗਿਆ ਜੀ ਹੁਣ ਕਹਿੰਦੇ ਪੁਲਿਸ ਵਾਲਿਆਂ ਨੇ ਇੱਕ ਨਵੀਂ ਸਟਰੈਟਜੀ ਤੈਅ ਕਰ ਲਈ ਹਾਂ ਹਾਂ ਅੱਗੇ ਕਹਿੰਦੇ ਪੁਲਿਸ ਕੀ ਕਰਦੀ ਸੀ ਕਿ ਪੁਲਿਸ ਅੱਗੇ ਕਰਦੀ ਸੀ ਵੀ ਪਹਿਲਾਂ ਜਦੋਂ ਇਨਫੋਰਮੇਸ਼ਨ ਆ ਜਾਂਦੀ ਹਾਂ ਮੈਨਿਕ ਡਿਪਾਰਟਮੈਂਟ ਭੇਜਦਾ ਜਾਂ ਕੁਝ ਥੋੜੇ ਸਾਡੇ ਵਰਗਾ ਖਬਰ ਲਾ ਦਿੰਦਾ ਵੀ ਰੌਲਾ ਪੈ ਗਿਆ ਤੇ ਹੁਣ ਇਹ ਤੋ ਖੜਾ ਕਿਵੇਂ ਛੜਾਈਏ ਜੀ ਉਹਦਾ ਇੱਕ ਤਰੀਕਾ ਕਰ ਹੁੰਦਾ ਜੀ ਐਫ ਆਈ ਆਰ ਦਰਜ ਕਰਦੀ ਹਾਂ ਹਾਂ ਉਹ ਫਿਰ ਐਫ ਆਈ ਆਰ ਦਰਜ ਕਰ ਲੈਂਦੇ ਆ ਫਿਰ ਆਪਾਂ ਤੁਰੇ ਫਿਰਦੇ ਆ ਪੱਤਰਕਾਰ ਕਿ ਜੀ ਉਸ ਐਫ ਆਈ ਆਰ ਦਾ ਕੀ ਹੋਇਆ ਉਹ ਕਹਿੰਦੇ ਜੀ ਸੀ ਆਰ ਪੀ ਸੀ ਦੀ ਧਾਰਾ 160 ਅਧੀਨ ਹਾਂ ਹਾਂ ਨੋਟਿਸ ਕੱਢਿਆ ਹੋਇਆ ਜੀ ਏ ਜਿਹੜਾ ਸੁਵਧ ਤਰ੍ਹਾਂ ਕਿ ਤੁਸੀਂ ਆਓ ਤੇ ਆਪਣਾ ਪੱਖ ਰੱਖੋ ਉਹਨਾਂ ਨੂੰ ਅਸੀਂ ਤਲਬ ਕੀਤਾ ਹੋਇਆ ਤਲਬ ਕੀਤਾ ਹੋਇਆ ਉਹਨਾਂ ਨੂੰ ਅਸੀਂ ਸਮਣੇ ਕੱਢੇ ਹੋਏ ਆ ਉਹ ਸਮਣੇ ਨਿਕਲਦੇ ਰਹਿੰਦੇ ਆ ਤੇ ਸਮਣੇ ਤੇ ਨਾ ਕਿਸੇ ਨੇ ਆਉਣਾ ਹੁੰਦਾ ਕਿਉਂਕਿ ਜਦੋਂ ਸਿਆਸੀ ਪ੍ਰਭੂਆਂ ਦੀ ਸੱਤਾ ਧਾਰਗਿਆਂ ਦੀ ਸਰਪ੍ਰਸਤੀ ਹੁੰਦੀ ਹੈ ਤੇ ਉਹ ਐਫ ਆਈ ਆਰ ਜ਼ਰੂਰ ਦਰਜ ਹੋ ਜਾਂਦਾ ਲੇਕਿਨ ਐਫ ਆਈ ਆਰ ਦਰਜ ਹੀ ਰਹਿੰਦਾ ਐਫ ਆਈ ਆਰ ਦੇ ਵਿੱਚ ਕਦੇ ਚਾਰਜ ਸ਼ੀਟ ਦੈਰਨੀ ਹੁੰਦੀ ਜੀ ਬਾਅਦ ਵਿੱਚ ਜਦੋਂ ਇਹਦਾ ਇੱਕ ਨਿਜ਼ਮੇ ਵੀ ਹੈ ਜੀ ਕਿ ਫਰਜ ਕਰੋ ਕਿਸੇ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਹੋ ਗਈ ਕਿਸੇ ਵਿਸ਼ੇਸ਼ ਧਾਰਾ ਤਹਿਤ ਜੀ ਉਸ ਧਾਰਾ ਦੀ ਜਿਹੜੀ ਹੈਗੀ ਹੈ ਵੱਧ ਤੋਂ ਵੱਧ ਜੇ ਆਪਾਂ ਦੇਖੀ ਵੀ ਉਰਦੂ ਚ 2 ਸਾਲ ਦੀ ਕੈਦ ਹੋ ਸਕਦੀ ਹੈ ਹਮਮ ਅਗਰ 2 ਸਾਲ ਦੇ ਵਿੱਚ ਵਿੱਚ ਜੀ ਉਸ ਬੰਦੇ ਦੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੁੰਦੀ ਹਮਮ ਤਾਂ ਉਹਦਾ ਮਾਮਲਾ ਖਤਮ ਹੋ ਜਾਂਦਾ ਹੈ ਉਹ ਕੇਸ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ ਸੋ ਇਹ ਤਰੀਕਾ ਕਰ ਸੀ ਹੁਣ ਪੁਲਿਸ ਨੇ ਜਿਹੜੀ ਨਵੀਂ ਦੇਤੇ ਯੁੱਧ ਨੀਤੀ ਅਪਣਾਈ ਹੈ ਜੀ ਜੀ ਕਹਿੰਦੇ ਕਿ ਕਿ ਹੁਣ ਜ਼ਿੰਮੇਵਾਰੀ ਫਿਕਸ ਕਰਨ ਦਾ ਮਾਮਲਾ ਆ ਗਿਆ ਹੂੰ ਹੂੰ ਕਹਿੰਦੇ ਹੁਣ ਪੁਲਿਸ ਵਾਲਿਆਂ ਨੇ ਇਹ ਫੈਸਲਾ ਕਰ ਲਿਆ ਡੀਜੀਪੀ ਲੈਵਲ ਤੋਂ ਕਿ ਜੀ ਹੁਣ ਪਰਚਾ ਦਰਜ ਨਹੀਂ ਕਰਨਾ ਰਹੋ ਜੀ ਪਹਿਲਾਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਾਬੂ ਕਰੋ ਔਰ ਕਾਬੂ ਕਰਕੇ ਐਫ ਆਈ ਆਰ ਫੇਰ ਦਰਜ ਕਰੋ ਫੇਰ ਦਰਜ ਕਰੋ ਤੇ ਨਾਲ ਇਹ ਵੀ ਕੀਤੀ ਕਿ ਹੁਣ ਕਲੇ ਟਿਪਰਾਂ ਤੇ ਟਰੈਕਟਰਾਂ ਤੇ ਕਰੇਨਾ ਦੇ ਡਰਾਈਵਰ ਨਾ ਹੋਣ ਮਾਲਕ ਹੋਣ ਨਾਲ ਜਿਹੜੇ ਮਾਲ ਮਾਲਕ ਉਹ ਹੁਣ ਤੇ ਜਿਹੜਾ ਠੇਕੇਦਾਰ ਹੈ ਜਿਹਦੇ ਇਲਾਕੇ ਦੇ ਵਿੱਚ ਗੜਬੜ ਹੁੰਦੀ ਹੈ ਇੱਥੇ ਨਾਲ ਉਹ ਵੀ ਹੋਵੇ ਆਮ ਤੌਰ ਦੇ ਉੱਤੇ ਹੁਣ ਆਪਾਂ ਫੇਰ ਲਿਸਨਰਸ ਨੂੰ ਇੱਕ ਸਵਾਲ ਪੈਦਾ ਹੁੰਦਾ ਹੁਣ ਉਹਨਾਂ ਦੇ ਦਿਮਾਗ ਦੇ ਵਿੱਚ ਕਿ ਜਦੋਂ ਠੇਕੇਦਾਰ ਆ ਫਿਰ ਠੇਕੇਦਾਰਾਂ ਦੇ ਖਿਲਾਫ ਕਿਉਂ ਹਾਂ ਆ ਕੁੰਡੀ ਐ ਅਸਲ ਦੇ ਵਿੱਚ ਜਿੱਥੇ ਲੁੱਟਮਾਰ ਹੁੰਦੀ ਐ ਅੱਜ ਮੈਂ ਇੱਕ ਜਿਹੜਾ ਟਰੱਕਾਂ ਦਾ ਕੰਮ ਕਰਨ ਵਾਲਾ ਸੱਜਣਾ ਮੇਰਾ ਉਹਦੇ ਕੋਲ ਚੰਗੀਆਂ ਗੱਡੀਆਂ ਐ ਬਹੁਤ ਪੁਰਾਣਾ ਮਿੱਤਰ ਐ ਬਚਪਨ ਤੋਂ ਉਹਦੇ ਨਾਲ ਮੈਂ ਗੱਲਾਂ ਕਰਨ ਲੱਗਾ ਮੈਂ ਕਿਹਾ ਯਾਰ ਮੈਨੂੰ ਇਹ ਦੱਸ ਵੀ ਤੁਸੀਂ ਐ ਜਿਹੜਾ ਹੈਗਾ ਰੇਤਾ ਬਜਰੀ ਇਹ ਸਸਤਾ ਹੋਊਗਾ ਉਹਦਾ ਜੀ ਸਿਸਟਮ ਸਸਤਾ ਹੀ ਨਹੀਂ ਹੁੰਦਾ ਕਹਿੰਦਾ ਜਦੋਂ ਮੈਂ ਕਿਹਾ ਕਿ ਕਿਉਂ ਉਹ ਕਹਿੰਦਾ ਮਿਸਾਲ ਦੇ ਤੌਰ ਦੇ ਉੱਤੇ ਅੱਜ 10 ਗੱਡੀਆਂ ਆਈਆਂ ਹੂੰ ਹੂੰ 10 ਗੱਡੀਆਂ ਆਈਆਂ ਗੱਡੀਆਂ ਵਾਲਿਆਂ ਨੇ ਆਪਣੀ ਗੱਡੀ ਖਾਲੀ ਕਰਨੀ ਹੂੰ ਹੂੰ ਉਹਨੇ ਗੱਡੀ ਜਾਣੀ ਹੈ ਅ ਰੇਟ ਹੈਗਾ ਜੀ 21 ਰੁਪਏ ਦਾ ਹੂੰ ਹੂੰ ਉਹ ਕਹਿੰਦੇ 21 ਰੁਪਏ ਤੇ ਜਿਹੜਾ ਠੇਕੇਦਾਰ ਆਪਣਾ ਤੁਹਾਡਾ ਧੰਨਾ ਸੀਟਾ ਜਿਹਦੇ ਕੋਲ ਪੈਸੇ ਹੈ ਜਿਹੜਾ ਇਹ ਕਾਰੋਬਾਰ ਕਰਦਾ ਹੈ ਉਹ ਕਹਿੰਦਾ ਜੀ ਨਹੀਂ 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 21 ਨਹੀਂ ਮਾਲ ਮਾਲਤਾਜ ਵਧੂ ਪਏ ਅਗਲੇ ਨੇ ਗੱਡੀ ਲਾਉਣੀ ਹੈ ਉਹ ਕਹਿੰਦਾ ਜੀ 20 ਨਹੀਂ 19 18 17 ਦੇ ਵਿੱਚ ਕਹਿੰਦਾ ਲੈ ਲੈਂਦਾ ਉਹ ਸਾਰੇ ਦਾ ਸਾਰਾ ਮਾਲ ਆਪਦੇ ਕੋਲ ਡੰਪ ਕਰ ਲੈਂਦੇ ਗੱਡੀ ਲਾਹੀ ਬੰਦਾ ਪਜ ਗਿਆ ਉਸ ਤੋਂ ਬਾਅਦ ਫਿਰ ਜੀ ਨੂੰ ਲੋਡ ਪੈਂਦੀ ਹੈ ਤੁਹਾਨੂੰ ਲੋਡ ਪੈਂਦੀ ਹੈ ਤੁਹਾਨੂੰ ਇੱਕ ਕੁਇੰਟਲ ਦੀ ਲੋਡ ਪੈਂਦੀ ਹੈ ਉਹ ਉਹਨੇ ਫਿਰ ਕੁਇੰਟਲ ਦੇ ਉਸ ਸਾਹ ਚ ਨਹੀਂ ਦੇਖਣਾ ਜੇ ਹੁਣ ਗੱਡੀਆਂ ਘਟਾ ਗਈਆਂ ਵੀ ਤਿੰਨ ਗੱਡੀਆਂ ਆ ਗਈਆਂ ਤਿੰਨ ਗੱਡੀਆਂ ਕੋਲੇ ਇਹ ਅਸਲ ਦੇ ਵਿੱਚ ਜਿਹੜੀ ਆ ਮੋਨੋਪੋਲੀ ਵਾਲਾ ਕੰਮ ਹੈ ਨਾ ਜਖੀਰੇਬਾਦੀ ਹੂੰ ਹੂੰ ਜਿੰਨੀ ਦੇਰ ਤੱਕ ਜਖੀਰੇਬਾਦੀ ਦਾ ਪ੍ਰਬੰਧ ਨਹੀਂ ਹੁੰਦਾ ਜਖੀਰੇਬਾਦੀ ਦੇ ਉੱਤੇ ਪਾਬੰਦੀ ਨਹੀਂ ਲੱਗਦੀ ਉਨੀ ਦੇਰ ਇੱਕ ਲੁੱਟ ਖੁੱਟ ਚੱਲਦੀ ਰਹੂਗੀ ਮੈਂ ਇੱਥੇ ਮਿਸਾਲ ਦੇਣੀ ਚਾਹੂਗਾ ਮੈਨੂੰ ਬਹੁਤ ਪਹਿਲਾਂ ਮੈਂ ਤਾਂ ਛੋਟਾ ਹੀ ਹੰਦਾ ਸੀ ਬਚਪਨ ਦੇ ਵਿੱਚ ਹੀ ਇਹ ਸੀ ਰਾਜਨੀਤਿਕ ਲੋਕਾਂ ਦੀਆਂ ਤਕਰੀਰਾਂ ਵਗੈਰਾ ਸੁਣਦਾ ਸੀ ਤੇ ਮੈਂ ਸਭ ਤੋਂ ਪਹਿਲੀ ਵਾਰ ਜਦੋਂ ਬਲਵਿੰਦਰ ਸਿੰਘ ਭੂਦੜ ਨੂੰ ਸੁਣਿਆ ਸੀ ੜੇ ਅਕਾਲੀ ਲੀਡਰ ਹੈ ਅਕਾਲੀ ਦਲ ਦੇ ਅੱਜਕੱਲੋ ਮੇਰੇ ਖਿਆਲ ਸਿਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਜੀ ਬਠਿੰਡੇ ਦੀ ਕਿਤੇਰੀ ਦੇ ਵਿੱਚੋਂ ਭਾਸ਼ਣ ਕਰ ਰਹੇ ਸੀ ਭਾਸ਼ਣ ਕਰਦੇ ਸੀ ਕਿਸਾਨੀ ਦੀ ਗੱਲ ਉਦੋਂ ਖਰਕ ਜਿਹੜਾ ਵੇਲੇ ਦੀਆਂ ਮੈਂ ਗੱਲਾਂ ਕਰਦਾ ਉਦੋਂ ਅਕਾਲੀ ਦਲ ਦੀ ਪਹੁੰਚ ਵੀ ਕਿਸਾਨੀ ਪ੍ਰਤੀ ਬਹੁਤ ਪੋਜ਼ਿਟਿਵ ਪੋਜ਼ ਤਾਂ ਉਹ ਦਸਰੇ ਵੀ ਕਿਸਾਨ ਲੁੱਟ ਲੁੱਟੀ ਦਾ ਕਿਉਂ ਹੈ ਤੇ ਬੜੇ ਤਰੀਕੇ ਨਾਲ ਉਹਨਾਂ ਨੇ ਗੱਲ ਸਮਝਾਈ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਖਪਤਕਾਰ ਹੈ ਜਿਹਨੇ ਮਾਲ ਖਰੀਦ ਰਿਹਾ ਲੁੱਟ ਉਹਦੀ ਵੀ ਹੁੰਦੀ ਹੈ ਜੀ ਤੇ ਜਿਹਨੇ ਪੈਦਾ ਕਰਨ ਰਿਹਾ ਲੁੱਟ ਉਹਦੀ ਵੀ ਹੁੰਦੀ ਹੈ ਫਿਰ ਸਮਝਾਈ ਉਹਨਾਂ ਨੇ ਵੀ ਕਿਵੇਂ ਕਹਿੰਦੇ ਇੱਕ ਵਿੱਚ ਤੀਜਾ ਮਿਡਲ ਮੈਨ ਹੈ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨੇ ਵਿਚੋਲਾ ਉਹ ਵਿਚੋਲਾ ਜ਼ਿਮੀਦਾਰ ਪੈਦਾ ਕਰਦਾ ਹੈ ਜ਼ਿਮੀਦਾਰ ਨੇ ਆਪਦੀ ਫਸਲ ਜਿਹੜੀ ਹੈਗੀ ਹੈ ਆਪਾਂ ਤਾਂ ਕਹਿੰਦੇ ਨੇ ਵੇਚਣੀ ਹੈ ਪਰ ਸਾਡੇ ਜ਼ਿਮੀਦਾਰਾਂ ਦੀ ਇੱਕ ਮਾਨਸਿਕਤਾ ਬਣੀ ਹੋਈ ਹੈ ਕਿ ਮੰਡੀ ਫਸਲ ਸੁੱਟਣੀ ਹੈ ਉਹ ਸੁੱਟਣ ਜਿਆਦਾ ਹੈ ਤੇ ਸਿੱਟੀ ਹੋਈ ਚੀਜ਼ ਨੂੰ ਉਹ ਸਸਤੀ ਖਰੀਦਦਾ ਹੈ ਉਹ ਸਸਤੀ ਖਰੀਦਣ ਤੋਂ ਬਾਅਦ ਫਿਰ ਜਿਹਨੇ ਖਰੀਦਣੀ ਹੈ ਉਹਨੂੰ ਮਹਿੰਗੀ ਦਿੰਦਾ ਹੈ ਸੋ ਆ ਜਿੰਨੀ ਦੇਰ ਤੱਕ ਇਹ ਸਿਸਟਮ ਨਹੀਂ ਹੁੰਦਾ ਉਹਨੀ ਦੇਰ ਇਹਦੇ ਚ ਤਬਦੀਲੀ ਇਸ ਸਿਸਟਮ ਵਿੱਚ ਤਬਦੀਲੀ ਨਹੀਂ ਹੁੰਦੀ ਇਹਨੂੰ ਕੋਈ ਨਾਮ ਬਦ ਨਹੀਂ ਕੀਤਾ ਜਾਂਦਾ ਉਹਨੀ ਦੇਰ ਤੱਕ ਹਾਲਤੇ ਰਹਿਣੀ ਹੈ ਪਰ ਕੁੱਲ ਮਿਲਾ ਕੇ ਜੇ ਆਪਾਂ ਇਹ ਦੇਖੀ ਵੀ ਥੋੜੀ ਜੀ ਸਰਕਾਰ ਹੁਣ ਹਰਕਤ ਦੇ ਵਿੱਚ ਆਈ ਹੈ ਖੜਕਾ ਦੜਕਾ ਜਿਆ ਜੇ ਥੋੜਾ ਜਿਹਾ ਹੁੰਦਾ ਰਵੇ ਤਾਂ ਇਹਦੇ ਨਾਲ ਲਾਲਾ ਲਾਲਾ ਜੀ ਦੇ ਨਾਲ ਥੋੜਾ ਥੋੜਾ ਦਰਜਾ ਬਣਾ ਰਹਿਦਾ ਵੀ ਸਰਕਾਰ ਹੈਗੀ ਕੋਈ ਨਹੀਂ ਤਾਂ ਲੋਕ ਇਹ ਸੋਚ ਲੈਂਦੇ ਵੀ ਇਹ ਤਾਂ ਜੀ ਇੱਕ ਐਮਐਲਏ ਹੈ ਤੇ ਆ ਹਲਕੇ ਹੋਇਆ ਇੰਚਾਰਜ ਹੈ ਉਹ ਹਲਕੇ ਹੋਏ ਇੰਚਾਰਜ ਜਿਹੜੇ ਪੈਸੇ ਲੱਗੇ ਹੁੰਦੇ ਆ ਇਲੈਕਸ਼ਨਾਂ ਦੇ ਵਿੱਚ ਤੇ ਫਿਰ ਪੈਸਿਆਂ ਦੀ ਉਗਰਾਹੀ ਵਾਸਤੇ ਕਈ ਵਾਰੀ ਮਤਲਬ ਹੈ ਵੀ ਸਰਕਾਰਾਂ ਨੂੰ ਵੀ ਦਾਤੇ ਲਾ ਦਿੰਦੇ ਐ ਪਾਰਟੀਆਂ ਨੂੰ ਵੀ ਦਾਤੇ ਲਾਉਂਦੇ ਐ ਤੇ ਜਿਹੜੇ ਲੀਡਰ ਨੂੰ ਕਹਿੰਦੇ ਹੁੰਦੇ ਵੀ ਤੇਰੇ ਬਗੈਰ ਤਾਂ ਜੀ ਤੁਹਾਡੇ ਬਗੈਰ ਤਾਂ ਜੀ ਮੈਨੂੰ ਸਾਹ ਨਹੀਂ ਆਉਂਦਾ ਤੇ ਉਹਨੂੰ ਉਦੋਂ ਪਤਾ ਲੱਗਦਾ ਵੀ ਜਦੋਂ ਲੀਡਰ ਨੂੰ ਲਾ ਕੇ ਅਗਲੇ ਨਾਲ ਦੀ ਨਾਲ ਡੱਡੀ ਕਰ ਦਿੰਦੇ ਸੋ ਥੋੜੀ ਜਿਹੀ ਸ਼ਕਤੀ ਕੀਤੀ ਹੈ ਲੱਗਦਾ ਹੈ ਸ਼ਾਇਦ ਇਹਦੇ ਕੋਈ ਚੰਗੇ ਨਤੀ ਜੀ ਤੇ ਤੁਹਾਨੂੰ ਸਭ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਪੁਲਿਸ ਵਾਲੇ ਕਹਿੰਦੇ ਸਾਨੂੰ ਕੁਝ ਨੀਮਾ ਦਾ ਨਹੀਂ ਪਤਾ ਨੀਮ ਬੜੇ ਸਿੱਧੇ ਸੱਚੇ ਦੀ ਚਾਰ ਜਿਹੜੀ ਖੱਡ ਹੈ ਉਹਦੇ ਉੱਤੇ ਇੱਕ ਬੋਰਡ ਲੱਗਿਆ ਹੋਣਾ ਚਾਹੀਦਾ ਵੀ ਇਹ ਖੱਡ ਦਾ ਜਿਹੜਾ ਏਰੀਆ ਹੈ ਇਹ ਐਨੇ ਬਾਏ ਐਨੇ ਮੀਟਰ ਹੈ ਤੇ ਇਸ ਜਿਹੜਾ ਉਹਦੇ ਵਿੱਚ ਖਸਰੇ ਨੰਬਰ ਚ ਨੰਬਰ 2 ਦੇ ਉੱਤੇ ਚਲਦੇ ਪਾਣੀ ਦੇ ਵਿੱਚ ਤੁਸੀਂ ਜਿਹੜਾ ਰੇਤਾ ਬਜਰੀ ਨਹੀਂ ਕੱਢ ਸਕਦੇ ਨੰਬਰ 3 ਪਰੋਕਲੇਨ ਜਾਂ ਜੀਸੀਬੀ ਨਹੀਂ ਵਰਤ ਸਕਦੇ ਤੁਸੀਂ ਸਿੱਧੀ ਖੱਟ ਦੇ ਵਿੱਚ ਆਪਦੀ ਟਰਾਲੀ ਲਾਉਣੀ ਹੈ ਉਹਦੇ ਨਾਲ ਕੱਢਣਾ ਇਹ ਤਿੰਨ ਤਾਂ ਮੋٹے ਜਿਹੇ ਨੁਕਤੇ ਆ ਬਾਕੀ ਤਾਂ ਜਿਹੜੀਆਂ ਮੈਂ ਪੂਰੀ ਡਿਟੇਲ ਨਾਲ ਮਾਈਨਿੰਗ ਦੇ ਉੱਤੇ ਸਟੋਰੀ ਕੀਤੀ ਸੀਗੀ ਰਾਵੀ ਦੇ ਵਿੱਚ ਕਿਵੇਂ ਚੱਲਦਾ ਉਹਦੇ ਵਿੱਚ ਬਹੁਤ ਕੁਝ ਹੈਗਾ ਸੋ ਇਹ ਤਿੰਨ ਤਾਂ ਮੈਨੂੰ ਮੋٹے ਮੋਟੇ ਆ ਨੁਕਤੇ ਪਤਾ ਕਿ ਇਹ ਤਿੰਨ ਤਾਂ ਅੰਨੇ ਨੂੰ ਵੀ ਦਿੰਦੇ ਆ ਕਿ ਆਹ ਭਾਈ ਪ੍ਰੋਕਲੇਨ ਲਈ ਬੈਠੇ ਆ ਫਿਰ ਤੁਸੀਂ ਦਰਿਆਦ ਆ ਜਿਹੜਾ ਬੰਨ ਹੈ ਉਹਦੇ ਨੇੜੇ ਨਹੀਂ ਤੁਸੀਂ ਮਾਈਨਿੰਗ ਕਰ ਸਕਦੇਗੇ ਕਿਸੇ ਪੁਲ ਦੇ ਨੇੜੇ ਮਾਈਨਿੰਗ ਨਹੀਂ ਕਰ ਸਕਦੇਗੇ ਸੋ ਨਿੱਕੇ ਨਿੱਕੇ ਚੀਜ਼ਾਂ ਹੈਗੀਆਂ ਜਿਹਦੇ ਉੱਤੇ ਜੇਕਰ ਧਿਆਨ ਦੇਵੇ ਤਾਂ ਬ ਪਰ ਇਹ ਰਿਹਾ ਕੁਝ ਨਹੀਂ ਹੋ ਰਿਹਾ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੈਂ ਸਵਰਨ ਸਿੰਘ ਦਰਨਾਲ